ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਆਏ ਸੀਗੇ ਅੱਜ ਗੁਰੂ ਘਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਮਨਾਇਆ ਸੀ ਅੱਜ ਗੁਰੂ ਘਰ 'ਚ ਕਿਰਪਾ।
Why do I do?
आया गए सकत काल जानते मुटियो
ओंकार सतगुर प्रसाद सोरठ महला पंजवा जाकै सिमरन सब कछ पाइयै बिरथी घर न जाई तिस प्रभ त्याग अवर कतरा चहो जो सब मह रहया समाई जाकै सिमरन सब कछ पाइयै बिरथी काल न जाई तिस प्रभ त्याग अवर कतरा चहो जो सब मह रहया समाई हर हर सिमरहो संत गोपाला साध संग मिल नाम ध्यावो पूरन होवै काला रहाओ सार संभाल है नित प्रतपाल है प्रेम सहित गल लावै कहो नानक प्रभ तुमरे बिसरत जागत जीवन कैसे पावै सार संभाल नित प्रतपाल प्रेम सहित गल लावै कहो नानक प्रभ तुमरे बिसरत जागत जीवन कैसे पावै वाहिगुरु जी का खालसा वाहिगुरु जी की फतेह जी वाहिगुरु जी का खालसा वाहिगुरु जी की फतेह आप आए थे अच्छ गुरु घर जी तो छोटे साहबजाद की शहीदी दिवस मनाया से अच्छ गुरु घर हूँ आप जाने पे घर में पहला मैं बनाई नहीं वीडियो फिर और जी सब ठीक हो जी आप जी अंकल भी आने मोहरे तुरे हो ਅੰਕਲ ਜੀ ਇੱਥੇ ਮਨਾਇਆ ਅੱਜ ਛੋੜੇ ਸਾਹਿਬ ਜੀ ਦੇ ਸ਼ਹੀਦੀ ਦਿਵਸ ਮਨਾਇਆ ਸੀਗਾ ਅੱਜ ਅੱਜ ਤਾਂ ਨਹੀਂ ਮਨਾਇਆ ਨਹੀਂ ਅੱਜ ਮਨਾਉਣਾ ਨਹੀਂ ਅੱਜ ਮਨਾਇਆ ਮਨਾ ਲਿਆ ਇਹਨਾਂ ਨੇ ਮਨਾਇਆ ਇਹਨਾਂ ਨੇ ਛੋੜੇ ਸਾਹਿਬ ਜੀ ਦਾ ਤਾਂ ਬਟ ਕੱਲ ਨੂੰ ਪਾਠ ਰੱਖਣਾ ਇਹਨਾਂ ਨੇ ਜਿਹੜੇ ਫਤਿਹਗੜ੍ਹ ਸਾਹਿਬ ਵਾਲੇ ਇੱਥੇ ਆਣਗੇ ਤੇ ਉੱਥੇ ਤੇ ਜਿਹੜਾ ਹੈਗਾ ਗਰੁੱਪ ਉਹਨਾਂ ਨੇ ਰੱਖਣਾ ਆ ਪਾਠ ਅਤੇ ਉਹਦਾ ਫਿਰ ਇਹਨਾਂ ਨੇ ਭੋਗ ਪਾਉਣਾ ਆ 24-25 ਨੂੰ ਯਾਨੀ ਉੱਦਣੇ ਪਾਉਣਗੇ ਭੋਗ ਕੱਲ ਨੂੰ ਮਹਾਰਾਜ ਅੱਜ ਕੱਲ ਨੂੰ 22 ਹੋ ਜਾਣੀ ਆ ਹਾਂਜੀ 24 'ਚ ਪਾਉਗੇ ਬਸ ਫਤਿਹਗੜ੍ਹ ਸਾਹਿਬ 40 ਕਿਲੋਮੀਟਰ ਬਸ ਸਾਨੂੰ ਹਾਂ 40 ਕਿਲੋਮੀਟਰ ਤੁਰ ਕੇ ਜਾਂਦੇ ਸੀ ਓਕੇ ਤੁਰ ਕੇ ਜਾਂਦੇ ਸੀ 40 ਕਿਲੋਮੀਟਰ ਯਾਨੀ ਸੰਗਤ ਸਾਰੀ ਇਕੱਠੀ ਹੋ ਜਾਂਦੀ ਸੀ ਅੱਛਾ ਯਾਨੀ ਅਸੀਂ ਆਖਰੀ ਦਿਨ ਸਾਜਰੇ 2:30 ਵਜੇ ਜਾ ਕੇ ਉੱਥੇ ਵੜ ਜਾਂਦੇ ਫਤਿਹਗੜ੍ਹ ਸਾਹਿਬ ਓਕੇ ਉੱਥੇ ਜਾ ਕੇ ਇਸ਼ਨਾਨ ਕਰਨਾ 3:30 3 ਵਜੇ ਮੱਥਾ ਟੇਕਣਾ ਮੱਥਾ ਟੇਕ ਕੇ 4:30 ਵਜੇ ਬਾਹਰ ਆ ਜਾਣਾ ਫਤਿਹਗੜ੍ਹ ਸਾਹਿਬ ਹਰੇਕ ਸਾਲ ਜਾਂਦੇ ਆ ਪਿੰਡ ਪੌਰ ਤੋਂ ਸੰਗਤ ਹਾਂਜੀ ਉੱਥੇ ਲੰਗਰ ਵੀ ਹੁੰਦਾ ਉਹਨਾਂ ਦਾ ਲੰਗਰ ਤਾਂ ਬਹੁਤ ਆ ਤੁਰ ਕੇ ਜਾਂਦੇ ਆ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਅਸੀਂ ਵੀ ਜਾਂਦੇ ਹੁੰਦੇ ਸੀ ਅੰਕਲ ਅੱਛਾ ਅਸੀਂ ਸੰਤ ਬਾਬਾ ਲਾਭ ਸਿੰਘ ਹੁਣੀ ਇਹਨਾਂ ਦੀ ਹਾਂ ਆਨੰਦਗੜ੍ਹ ਵਾਲੇ ਆਨੰਦਗੜ੍ਹ ਲਾਲ ਕਿਲੇ ਉਹਨਾਂ ਦੀ ਸੇਵਾ 'ਚ ਮੈਂ ਜਾਂਦਾ ਹੁੰਦਾ ਸੀਗਾ ਤੁਸੀਂ ਗੱਡੀ 'ਚ ਜਾਂਦੇ ਸੀ ਪੈਦਲ ਜਾਂਦੇ ਹਾਂ ਨਹੀਂ ਅਸੀਂ ਤਾਂ ਸੇਵਾ ਕਰਨ ਜਾਂਦੇ ਹੁੰਦੇ ਸੀਗੇ ਠੀਕ ਆ ਅਤੇ ਲੰਗਰ ਬਣਾਉਣ ਜਾਂਦੇ ਹੁੰਦੇ ਸੀ ਇੱਦਾਂ ਸਵਾ ਲੱਗਦੀ ਹੁੰਦੀ ਸੀ ਉਸ ਪਿੰਡ ਆਪਣੇ ਫਤਿਹਗੜ੍ਹ ਸਾਹਿਬ ਦੇ ਜਿਹੜਾ ਕੋਲੇ ਆਪਣੇ ਪਿੰਡ ਆ ਇੱਕ ਉਹਨਾਂ ਨੇ ਇੱਕ ਹਫ਼ਤਾ ਥੱਲੇ ਹੀ ਪੈਣਾ ਹਾਂਜੀ ਮੰਜੇ ਨਹੀਂ ਡਾਉਂਦੇ ਉਹ ਠੀਕ ਆ ਥੱਲੇ ਹੀ ਆਸਣ ਲਾ ਕੇ ਸੌਂਦੇ ਜਾਣੀ ਭੋਗ ਮਨਾਉਂਦੇ ਆ ਅੱਛਾ ਵੀ ਮੰਜਾ ਨਹੀਂ ਡਾਉਣਾ ਮੰਜੇ 'ਤੇ ਪੈਣਾ ਨਹੀਂ ਠੀਕ ਹੈ ਜੀ
ਅਸੀਂ ਵੀ ਉੱਥੇ ਜਾਂਦੇ ਹੁੰਦੇ ਸੀਗੇ ਫਿਰ ਅਸੀਂ ਸਰਹੰਦ ਜਾਣਾ ਵਾ ਵੇਲੇ ਸੇਵਾ ਕਰਨ ਸਰਹੰਦ ਆਉਂਦੀ ਸੀ ਫਿਰ ਅਸੀਂ ਸੁਕੇਤ ਮੰਡੀ ਵੀ ਜਾਂਦੇ ਹੁੰਦੇ ਜਿੱਧਰ ਮਤਲਬ ਸੰਤ ਸਾਨੂੰ ਭੇਜ ਦਿੰਦੇ ਹੁੰਦੇ ਸੀਗੇ ਸੰਤ ਬਾਬਾ ਲਾਭ ਸਿੰਘ ਹੁਣੀ ਜਿਹੜੇ ਸੀਗੇ ਉਹਨਾਂ ਦੀ ਸੇਵਾ 'ਚ ਜਾਈਦਾ ਸੀ ਜਿੱਦਾਂ ਅਸੀਂ ਗੜਸ਼ੰਕਰ ਜਾਂਦੇ ਹੁੰਦੇ ਅੰਬਰ ਸ੍ਰੀ ਭਾਈਆਂ ਦੇ ਹੱਟੀ 'ਤੇ ਕੰਮ ਕਰਦੇ ਹੁੰਦੇ ਗੜਸ਼ੰਕਰ ਉੱਥੋਂ ਜਾਣਾ ਸਾਡੇ ਸਰਦਾਰਾਂ ਨੇ ਭੇਜ ਦੇਣਾ ਇੱਕ ਉਹਨਾਂ ਦਾ ਮੁੰਡਾ ਹੁਣ ਸਿਡਨੀ ਆ ਬਿੰਦਰ ਭਾਜੀ ਅਤੇ ਉਹ ਹੁਣ ਤਾਂ ਜੀ ਮੈਂ ਹੁੰਦਾ ਸੀ ਅਸੀਂ ਸੇਵਾ 'ਚ ਜਾਂਦੇ ਹੁੰਦੇ ਸੀ ਉਹਨਾਂ ਦੇ ਸੇਵਾ ਕਰਾਉਣਾ ਜੀ ਅਤੇ ਅਸੀਂ ਬਸ ਸੇਵਾ ਕਰਨ ਜਾਂਦੇ ਹੁੰਦੇ ਸੀ ਅਤੇ ਸੁਕੇਤ ਮੰਡੀ ਉੱਥੇ ਅਸੀਂ ਜਲੇਬੀਆਂ ਕੱਢਣੀਆਂ ਜਾ ਕੇ ਜਲੇਬੀਆਂ ਕੱਢਦੇ ਹੁੰਦੇ ਉੱਥੋਂ ਉੱਥੇ ਪੂਰਾ ਹਫ਼ਤਾ ਮਤਲਬ ਪੂਰਾ ਹਫ਼ਤਾ ਜਲੇਬੀਆਂ ਕੱਢਣੀਆਂ ਜਾ ਕੇ ਸਵੇਰ ਤੋਂ ਬਹਿ ਜਾਣਾ ਸ਼ਾਮ ਤੱਕ ਜਲੇਬੀਆਂ ਕੱਢਣੀਆਂ ਉੱਦਾਂ ਹੁੰਦਾ ਜੀ ਸੇਵਾ ਉਹਨਾਂ ਦੀ ਚੰਗੀ ਗੱਲ ਆ ਸੇਵਾ ਜੀ ਹੁਣ ਸੇਵਾ ਦਾ ਹੀ ਮੇਵਾ ਹਾਂ ਉਹੀ ਮੇਵਾ ਹੀ ਮੈਂ ਕਰਿਆ ਸੇਵਾ ਦਾ ਮੇਵਾ ਹਾਂਜੀ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰਦੇ ਉਹਦਾ ਬੁਰਾ ਵੀ ਨਾ ਕਰੋ ਇੱਧਰ ਵੀ ਜਾ ਕੇ ਆਉਂਦੇ ਹਾਂ ਅੰਕਲ ਮਿਲ ਕੇ ਆਉਂਦੇ ਉੱਥੇ ਕੋਈ ਗੱਲ ਨਹੀਂ ਜਾਂਦੇ ਆਉਂਦੇ ਚਲੋ ਠੀਕ ਆ ਜੀ ਸੰਗਤੋ ਜੀ ਸਾਧ ਸੰਗਤ ਮਿਲਦੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮਿਲਦੇ ਜੀ ਤੁਹਾਡੇ ਨਾਲ ਜੀ ਦੇ ਨਾਲ ਨੈਕਸਟ ਵਲੋਗ ਦੇ ਵਿੱਚ ਅਤੇ ਵਲੋਗ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ